पूरे देश दे विच वन नेशन वन टैक्स कर रहे हैं, पर दूजे पासे जिहड़ी ड्राइवरां दे वास्ते उन्होंने सरकार ने बहुत वड्डी एक इह लोक मारू ड्राइवर मारू नीति जिहड़ी अपना पार्लीमेंट दे विच। ਤੁਸੀਂ ਇਹ ਦੱਸੋ ਕਿ 3-3 ਲੱਖ ਰੁਪਇਆ ਬੱਸਾਂ ਵਾਲੇ ਅਤੇ 25-25 ਹਜ਼ਾਰ ਰੁਪਇਆ ਛੋਟੀ ਗੱਡੀਆਂ ਵਾਲੇ ਟੈਕਸ ਭਰ ਕੇ ਆਪਣੇ ਘਰ ਕਿੱਥੋਂ ਚਲਾਉਣਗੇ? ਆਉਣ ਵਾਲਾ ਜਿਹੜਾ ਸਮਾਂ ਹੁਣ ਸਾਡੇ ਡਰਾਈਵਰਾਂ 'ਤੇ ਜਿਹੜੀ ਸਰਕਾਰ ਨੇ ਇਹ ਮਾਰ ਮਾਰੀ ਹੈ, ਇਹਦੇ ਵਾਸਤੇ ਸਾਡੇ ਡਰਾਈਵਰਾਂ ਨੂੰ ਕੱਲ੍ਹ ਦੀ ਜਿਹੜੀ ਹੜਤਾਲ ਨੂੰ ਕਾਮਯਾਬ ਕਰਨਾ। ਆਪਣੇ ਹੱਕ ਲੈਣ ਵਾਸਤੇ ਜੇ ਅਸੀਂ ਧਰਨੇ ਪ੍ਰਦਰਸ਼ਨ ਕਰਾਂਗੇ ਤਾਂ ਹੀ ਸਰਕਾਰ ਦੇ ਕੰਨਾਂ ਤੱਕ ਇਹ ਬਾਤ ਪਹੁੰਚੇਗੀ, ਤਾਂ ਹੀ ਅਸੀਂ ਆਪਣੇ ਹੱਕ ਜਿਹੜੇ ਸਾਡਾ ਟਰਾਂਸਪੋਰਟਰ ਨੇ ਸਾਡੇ ਡਰਾਈਵਰ ਵੀਰ ਨੇ ਉਹ ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਹੈ, ਜਾਂ ਕਮ ਸੇ ਕਮ ਜਿਹੜੇ ਸਾਡੇ ਟੂਰਿਸਟ ਹੈ ਜਾਂ ਸਾਡੀ ਟੈਕਸੀਆਂ ਇੱਕ ਦਿਨ ਵਾਸਤੇ ਰੋਡ 'ਤੇ ਖੜਨਗੀਆਂ ਤਾਂ ਟੂਰਿਸਟਾਂ ਨੂੰ ਵੀ ਆਪਣੇ ਜਿਹੜੇ ਦੇਸ਼ ਦੇ ਟੂਰਿਸਟ ਹੈ ਉਹਨਾਂ ਨੂੰ ਵੀ ਫਰਕ ਪਏਗਾ ਅਤੇ ਸਰਕਾਰ ਨੂੰ ਵੀ ਫਰਕ ਪਏਗਾ। ਸਰਕਾਰ ਨੂੰ ਵੇਖਣਾ ਚਾਹੀਦਾ ਵੀ ਘੱਟੋ ਘੱਟ ਪੈਟਰੋਲ ਡੀਜ਼ਲ 'ਤੇ ਵੀ ਤੁਸੀਂ ਇੰਨਾ ਨਾ ਵਧਾਉਂਦੇ ਕਿ ਜਿਹੜਾ ਅੱਜ ਹਰ ਪਬਲਿਕ ਨੂੰ ਇਹਦਾ ਬੋਝ ਪੈ ਰਿਹਾ। ਕੱਲ੍ਹ ਕੋਈ ਵੀ ਗੱਡੀ ਨਾ ਚਲਾਇਓ, ਸਿਰਫ ਆਪਣੇ ਘਰ ਤੋਂ ਅਸੀਂ ਆਪਣੀਆਂ ਗੱਡੀਆਂ ਕਢਾਓ। ਕੱਲ੍ਹ ਨੂੰ ਇਹ ਨਾ ਸੋਚ ਲਿਓ ਕਿ ਅੱਜ ਹੜਤਾਲ ਹੈ ਕਿ ਅਸੀਂ ਹੜਤਾਲ ਦਾ ਫਾਇਦਾ ਚੱਕ ਕੇ ਕਿ ਅਸੀਂ ਇੱਕ ਦਿਨ ਦੀ ਕਮਾਈ 'ਚ ਤੁਹਾਡੀ ਕੋਈ ਕੋਠੀਆਂ ਨਹੀਂ ਪੈਣ ਲੱਗੀ। ਪਰ ਯਾਦ ਇੱਕ ਤਰਫ ਕਿਸਾਨ ਲਗਾਤਾਰ ਆਪਣੀ ਮੰਗੋ ਕੋ ਲੇਕਰ ਦਿੱਲੀ ਪੇ ਪ੍ਰਦਰਸ਼ਨ ਕਰ ਰਹੇ ਹੈ, ਵਹੀਂ ਦੂਸਰੀ ਔਰ ਕੇਂਦਰ ਸਰਕਾਰ ਕੀ ਤਰਫ ਸੇ ਟੈਕਸੀਓ ਕੋ ਲੇਕਰ ਇੱਕ ਬਿੱਲ ਆਇਆ। ਹਮਾਰੇ ਸਾਥ ਇਸ ਵਕਤ ਡਰਾਈਵਰ ਐਸੋਸੀਏਸ਼ਨ ਕੇ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਜੀ ਮੌਜੂਦ ਹੈ। ਰਾਣਾ ਜੀ, ਕਿਆ ਕਹਿਣਾ ਚਾਹੇਂਗੇ ਜੋ ਇਹ ਬਿੱਲ ਪਾਰਿਤ ਹੋਇਆ ਹੈ ਉਸ ਕੋ ਲੇਕਰ ਆਪਕਾ ਕਿਆ ਕਹਿਣਾ ਹੈ? ਪਹਿਲਾਂ ਤਾਂ ਜੀ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਅੱਜ ਸਾਡੇ ਆਫਿਸ ਦੇ ਵਿੱਚ ਕਵਰੇਜ ਕਰਨ ਪਹੁੰਚੇ ਹੋ। ਮੋਦੀ ਸਰਕਾਰ ਨੇ ਜੋ ਲੋਕ ਮਾਰੂ ਨੀਤੀਆਂ ਨੇ ਜਿਹਦੇ ਵਿੱਚ ਸਰਕਾਰ ਨੇ ਵਨ ਨੇਸ਼ਨ ਵਨ ਟੈਕਸ ਇੱਕ ਪਾਸ ਕੀਤਾ ਹੈ, ਜਿਹਦਾ ਮੈਂ ਤੁਹਾਨੂੰ ਦੱਸ ਵੀ ਦੇਵਾਂ ਜੀ, ਇਹਦੇ ਵਿੱਚ ਜਿਹੜੀ 5-ਸੀਟਰ ਗੱਡੀ ਆ ਉਹਨੂੰ ਘੱਟੋ ਘੱਟ 25,000 ਰੁਪਏ ਦਾ ਟੈਕਸ ਰੱਖਿਆ, ਅਤੇ ਜਿਹੜੀ 10-ਸੀਟਰ ਤੋਂ ਉੱਪਰ ਗੱਡੀਆਂ ਉਹਨੂੰ 75,000, ਅਤੇ ਜਿਹੜੀਆਂ ਬੱਸਾਂ ਹੈ ਟੂਰਿਸਟ ਬੱਸਾਂ ਉਹਨਾਂ ਨੂੰ 3 ਲੱਖ ਦਾ ਟੈਕਸ ਰੱਖਿਆ। ਅਤੇ ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਹੈ ਕਿ ਅਸੀਂ ਪੂਰੇ ਦੇਸ਼ ਦੇ ਵਿੱਚ ਵਨ ਨੇਸ਼ਨ ਵਨ ਟੈਕਸ ਕਰ ਰਹੇ ਹਾਂ, ਪਰ ਦੂਜੇ ਪਾਸੇ ਜਿਹੜੀ ਡਰਾਈਵਰਾਂ ਦੇ ਵਾਸਤੇ ਉਹਨਾਂ ਨੇ ਸਰਕਾਰ ਨੇ ਬਹੁਤ ਵੱਡੀ ਇੱਕ ਇਹ ਲੋਕ ਮਾਰੂ ਡਰਾਈਵਰ ਮਾਰੂ ਨੀਤੀ ਜਿਹੜੀ ਆਪਣਾ ਪਾਰਲੀਮੈਂਟ ਦੇ ਵਿੱਚ ਪਾਸ ਕੀਤੀ ਹੈ। ਤੁਸੀਂ ਇਹ ਦੱਸੋ ਕਿ 3-3 ਲੱਖ ਰੁਪਇਆ ਬੱਸਾਂ ਵਾਲੇ ਅਤੇ 25-25 ਹਜ਼ਾਰ ਰੁਪਇਆ ਛੋਟੀ ਗੱਡੀਆਂ ਵਾਲੇ ਟੈਕਸ ਭਰ ਕੇ ਆਪਣੇ ਘਰ ਕਿੱਥੋਂ ਚਲਾਉਣਗੇ ਅਤੇ ਆਪਣੇ ਬੱਚੇ ਕਿੱਥੋਂ ਪਾਲਣਗੇ? ਜਿਹੜੀ ਭਾਰਤ ਬੰਦ ਦੀ ਕਾਲ ਕੀਤੀ ਹੈ ਕੱਲ੍ਹ, ਅਤੇ ਕਿੱਦਾਂ ਰਹੇਗਾ ਤੁਹਾਡਾ ਪ੍ਰਦਰਸ਼ਨ, ਕਿਸ ਤਰੀਕੇ ਨਾਲ ਤੁਹਾਡਾ ਜਿਹੜਾ ਇਹ ਪ੍ਰਦਰਸ਼ਨ ਦੀ? ਦੇਖੋ, ਸਾਡਾ ਪ੍ਰਦਰਸ਼ਨ ਪੂਰਾ ਸ਼ਾਂਤਮਈ ਰਹੇਗਾ। ਮੈਂ ਤੁਹਾਡੇ ਚੈਨਲ ਰਾਹੀਂ ਆਪਣੇ ਡਰਾਈਵਰ ਭਰਾਵਾਂ ਨੂੰ ਦੱਸਣਾ ਚਾਹੁੰਦਾ ਕਿ ਕੱਲ੍ਹ ਦੀ ਜਿਹੜੀ ਸੰਯੁਕਤ ਸੰਘਰਸ਼ ਕਮੇਟੀ ਵੱਲੋਂ ਹੜਤਾਲ ਦੀ ਕਾਲ ਦਿੱਤੀ ਗਈ ਹੈ, ਪਲੀਜ਼ ਉਹਨੂੰ ਸਪੋਰਟ ਅਤੇ ਸਮਰਥਨ ਕਰੋ, ਤਾਂ ਕਿ ਜਿਹੜਾ 1 ਅਪ੍ਰੈਲ ਤੋਂ ਗੌਰਮੈਂਟ ਇਹ ਟੈਕਸ ਸਾਡੇ ਡਰਾਈਵਰਾਂ 'ਤੇ ਲਗਾਉਣ ਜਾ ਰਹੀ ਹੈ, ਇਹਦੇ ਵਿੱਚ ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚੇ ਵੀ ਹਾਂ, ਜਿੱਦਾਂ ਹੁਣ ਸਾਡੇ ਆਪਣੇ ਕਿਸਾਨ ਵੀਰ ਜਿਹੜਾ ਸਾਡਾ ਦੇਸ਼ ਦਾ ਅੰਨਦਾਤਾ ਆਪਣੇ ਹੱਕ ਲੈਣ ਵਾਸਤੇ ਦਿੱਲੀ ਦੇ ਬਾਰਡਰਾਂ 'ਤੇ 4 ਮਹੀਨੇ ਤੋਂ ਲਗਭਗ ਆਪਣਾ ਧਰਨਾ ਪ੍ਰਦਰਸ਼ਨ ਕਰ ਰਿਹਾ, ਅਤੇ ਆਉਣ ਵਾਲਾ ਜਿਹੜਾ ਸਮਾਂ ਹੁਣ ਸਾਡੇ ਡਰਾਈਵਰਾਂ 'ਤੇ ਜਿਹੜੀ ਸਰਕਾਰ ਨੇ ਇਹ ਮਾਰ ਮਾਰੀ ਹੈ, ਇਹਦੇ ਵਾਸਤੇ ਸਾਡੇ ਡਰਾਈਵਰਾਂ ਨੂੰ ਕੱਲ੍ਹ ਦੀ ਜਿਹੜੀ ਹੜਤਾਲ ਨੂੰ ਕਾਮਯਾਬ ਕਰਨਾ ਚਾਹੀਦਾ ਹੈ। ਕਿਆ ਲੱਗਦਾ ਹੈ ਤੁਹਾਨੂੰ ਜਿਹੜੀ ਇਹ ਕਾਲ ਕੀਤੀ ਗਈ ਹੈ ਤੁਹਾਡੇ ਵੱਲੋਂ, ਅਤੇ ਇਹ ਇਸ 'ਤੇ ਇਫੈਕਟ ਹੋਏਗਾ, ਗੌਰਮੈਂਟ 'ਤੇ ਕੋਈ ਇਫੈਕਟ ਪਏਗਾ, ਕਿਉਂਕਿ ਕਿਸਾਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ, ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ? ਦੇਖੋ, ਪ੍ਰਦਰਸ਼ਨ ਧਰਨੇ ਪ੍ਰਦਰਸ਼ਨ ਕਰਨਾ ਸਾਡਾ ਇੱਕ ਫੰਡਾਮੈਂਟਲ ਰਾਈਟ ਹੈ। ਆਪਣੇ ਹੱਕ ਲੈਣ ਵਾਸਤੇ ਜੇ ਅਸੀਂ ਧਰਨੇ ਪ੍ਰਦਰਸ਼ਨ ਕਰਾਂਗੇ ਤਾਂ ਹੀ ਸਰਕਾਰ ਦੇ ਕੰਨਾਂ ਤੱਕ ਇਹ ਬਾਤ ਪਹੁੰਚੇਗੀ, ਤਾਂ ਹੀ ਅਸੀਂ ਆਪਣੇ ਹੱਕ ਲੈ ਸਕਦੇ ਹਾਂ। ਕਾਫੀ ਲੰਬੇ ਸਮੇਂ ਤੋਂ ਕਿਸਾਨ ਪ੍ਰਦਰਸ਼ਨ ਕਰ ਰਹੇ, ਮੈਂ ਕਹਿਣ ਦਾ ਮਤਲਬ ਹੈ ਤੁਹਾਡੀ 1 ਦਿਨ ਦੀ ਹੜਤਾਲ 'ਤੇ ਗੌਰਮੈਂਟ ਨੂੰ ਫਰਕ ਪਏਗਾ? ਬਿਲਕੁਲ ਪਏਗਾ ਜੀ। ਜਿਹੜੇ ਸਾਡਾ ਟਰਾਂਸਪੋਰਟਰ ਨੇ ਸਾਡੇ ਡਰਾਈਵਰ ਵੀਰ ਨੇ ਉਹ ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਹੈ, ਜਾਂ ਕਮ ਸੇ ਕਮ ਜਿਹੜੇ ਸਾਡੇ ਟੂਰਿਸਟ ਹੈ ਜਾਂ ਸਾਡੀ ਟੈਕਸੀਆਂ 1 ਦਿਨ ਵਾਸਤੇ ਰੋਡ 'ਤੇ ਖੜਨਗੀਆਂ ਤਾਂ ਟੂਰਿਸਟਾਂ ਨੂੰ ਵੀ ਆਪਣੇ ਜਿਹੜੇ ਦੇਸ਼ ਦੇ ਟੂਰਿਸਟ ਹੈ ਉਹਨਾਂ ਨੂੰ ਵੀ ਫਰਕ ਪਏਗਾ ਅਤੇ ਸਰਕਾਰ ਨੂੰ ਵੀ ਫਰਕ ਪਏਗਾ। ਅਤੇ ਪੈਟਰੋਲ ਡੀਜ਼ਲ ਦੇ ਰੇਟ ਤੁਸੀਂ ਦੇਖ ਲਓ ਕਿੱਥੇ ਪਹੁੰਚਾਤੇ ਸਰਕਾਰ ਨੇ, ਤਾਂ ਮੈਂ ਇਹ ਵੀ ਮੰਗ ਕਰਾਂਗਾ ਤੁਹਾਡੇ ਚੈਨਲ ਰਾਹੀਂ ਕਿ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਘੱਟੋ ਘੱਟ ਪੈਟਰੋਲ ਡੀਜ਼ਲ 'ਤੇ ਵੀ ਤੁਸੀਂ ਇੰਨਾ ਨਾ ਵਧਾਉਂਦੇ ਕਿ ਜਿਹੜਾ ਅੱਜ ਹਰ ਪਬਲਿਕ ਨੂੰ ਇਹਦਾ ਬੋਝ ਪੈ ਰਿਹਾ। ਇਹ ਪ੍ਰਦਰਸ਼ਨ ਕਿੱਥੋਂ ਸ਼ੁਰੂ ਹੋਏਗਾ ਔਰ ਕਿੱਥੇ ਖਤਮ ਹੋਏਗਾ? ਦੇਖੋ ਜੀ, ਫਿਲਹਾਲ ਪੰਜਾਬ ਦੇ ਵਿੱਚ ਹਾਲੇ ਤਾਂ ਸਾਨੂੰ ਜਿਹੜੀ ਕਾਲ ਆਈ ਹੈ ਆਪਣਾ ਸੰਯੁਕਤ ਸੰਘਰਸ਼ ਕਮੇਟੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਹੈ, ਅਤੇ ਅੱਜ ਵੀ ਅਸੀਂ ਚੈੱਕ ਕਰ ਰਹੇ ਸੀ ਵੀ ਹੋਰ ਸਟੇਟਾਂ ਨੇ ਵੀ ਇਹਦਾ ਸਮਰਥਨ ਕੀਤਾ ਹੈ, ਅਤੇ ਕਿਸਾਨ ਜਥੇਬੰਦੀਆਂ ਜਿਹੜੇ ਕਿਸਾਨ ਲੀਡਰ ਆ ਉਹਨਾਂ ਨੇ ਵੀ ਲਿਖਤ ਦੇ ਵਿੱਚ ਸਾਡੀ ਜਿਹੜੀਆਂ ਟੈਕਸੀ ਯੂਨੀਅਨ ਆ ਟੈਕਸੀ ਐਸੋਸੀਏਸ਼ਨਾਂ ਨੂੰ ਵੀ ਆਪਣਾ ਖੁੱਲ੍ਹਾ ਸਮਰਥਨ ਕੀਤਾ ਕਿ ਅਸੀਂ ਵੀ ਤੁਹਾਡੇ ਨਾਲ। ਪ੍ਰਦਰਸ਼ਨ ਕਿੱਥੋਂ ਰਹੇਗਾ ਤੁਸੀਂ ਚੰਡੀਗੜ੍ਹ ਵਿੱਚ, ਉਹਦੇ ਚੰਡੀਗੜ੍ਹ ਵਿੱਚ ਕਿੱਥੇ ਪ੍ਰਦਰਸ਼ਨ ਹੈ? ਚੰਡੀਗੜ੍ਹ ਦੇ ਵਿੱਚ ਜਿੱਥੇ ਵੀ ਜਿੰਨੇ ਵੀ ਟੈਕਸੀ ਸਟੈਂਡ ਨੇ ਉਹ ਸਾਰੇ ਆਪਣੀ ਗੱਡੀਆਂ ਟੈਕਸੀ ਸਟੈਂਡਾਂ 'ਤੇ ਖੜਾਉਣ, ਅਤੇ ਓਲਾ ਉਬਰ ਵਾਲੇ ਜਿਹੜੇ ਮੇਰੇ ਵੀਰ ਹੈ ਕੱਲ੍ਹ ਨੂੰ ਕੋਈ ਵੀ ਗੱਡੀ ਨਾ ਚਲਾਇਓ, ਸਿਰਫ ਆਪਣੇ ਘਰ ਤੁਸੀਂ ਆਪਣੀਆਂ ਗੱਡੀਆਂ ਖੜਾਓ। ਕੱਲ੍ਹ ਨੂੰ ਇਹ ਨਾ ਸੋਚ ਲਿਓ ਕਿ ਅੱਜ ਹੜਤਾਲ ਹੈ ਕਿ ਅਸੀਂ ਹੜਤਾਲ ਦਾ ਫਾਇਦਾ ਚੱਕ ਕੇ
कि असी एक दिन की कमाई से थोड़ी कोई कोठियां नहीं पैन लगियां। पर याद रखियो जे ये बिल 1 अप्रैल तो लागू होने जा रहे हैं, भी जे जिदन ये बिल लागू हो गए, मैं थोड़ा गरंटी नाल कह रहा भी तुसी चाहे अपने ज हूँ तक जिहड़े भी संघर्ष करते हो थोड़ा बिल्कुल ही खत्म है। पर थोड़ू ये भी नहीं किया रहेगा थोड़ा अगर थोड़े खातों ये अज समा चले गए, मतलब जी तुसी प्रदर्शन की कॉल है वो एक जगह एक थान पर नहीं होएगी, मतलब जेडे कि अपने घर च ही रहेंगे वो बंदे। बिल्कुल अपनी अपनी जगह पर जिते भी उन्होंने टैक्सियां खड़ती हैं अपने घर से सिर्फ उत्थे मतलब वो टैक्सियां खड़ा, सिर्फ रोडा गड्डियां अपनी टैक्सियां ना चला। देख सकते थे ये थे हमारे साथ ड्राइवर एसोसिएशन के प्रधान जसविंदर सिंह राणा, जिन्होंने भारत बंद की कॉल को समर्थन किया है। चंडीगढ़ से अजीत झा की रिपोर्ट।